ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਜੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਇੱਕ ਖਾਲਸਾ ਡੇਪਰੇਡ ਕੱਢੀ ਗਈ ਸੀ ਤਾਂ ਇਸ ਦੇ ਵਿੱਚ ਪ੍ਰਧਾਨ ਮੰਤਰੀ ਕੈਨੇਡਾ ਦੇ ਜਸਟਿਨ ਟਰੂਡੋ ਸ਼ਾਮਲ ਹੋਏ ਨੇ ਜਸਟਿਨ ਟਰੂਡੋ ਨੇ ਵਕਾਦਾ ਤੌਰ ਤੇ ਉੱਪਰ ਟਵੀਟ ਕਰਕੇ ਕੁਝ ਫੋਟੋਆਂ ਵੀ ਜਾਰੀ ਕੀਤੀਆਂ ਜਿਸ ਪ੍ਰੇਡ ਦੇ ਦੌਰਾਨ ਜਦੋਂ ਉਹ ਸ਼ਾਮਲ ਹੋਏ ਸੀ ਤਾਂ ਇਸ ਦੌਰਾਨ ਉਹਨਾਂ ਨੇ ਸਿੱਖ ਸੰਗਤ ਨੂੰ ਸੰਬੋਧਨ ਵੀ ਕੀਤਾ ਅਦੁੱਤ ਤਸਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਜਿਹੜੀ ਐ ਪਹੁੰਚੀ ਹੋਈ ਸੀ ਤਾਂ ਮੀ ਵਰਦੇ ਦੇ ਵਿੱਚ ਖਾਲਸਾਡੇ ਪ੍ਰੇਡ ਵੀ ਜਿਹੜੀ ਹੈਗੀ ਹੈ ਉਹ ਕੱਢਣੀ ਪਈ ਹੈ ਤਾਂ ਭਾਰੀ ਮੀਤੇ باوجود ਲੋਕ ਛਤਰੀਆਂ ਤਾਨ ਕੇ ਇਸ ਯਾਤਰਾ ਦੇ ਇਸ ਮਾਰਚ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਜੋ ਤਸਵੀਰਾਂ ਸਾਂਝੀ ਕੀਤੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਵਿਸਾਖੀ ਦੀ ਮੁਬਾਰਕ ਵੀ ਦਿੱਤੀ ਹੈ ਟਵੀਟ ਕਰਕੇ ਉਹਨਾਂ ਨੇ ਕਿਹਾ ਕਿ ਵੈਂਕੂਵਰ ਤੋਂ ਐਡਮਿੰਟਨ ਤੋਂ ਟੋਰਾਂਟੋ ਤੱਕ ਮੇਰੇ ਕੋਲ ਵਿਸਾਖੀ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੀਆਂ ਮਨਮੋਹਕ ਯਾਦਾਂ ਨੇ ਅੱਜ ਅਸੀਂ ਇਸ ਸਾਲ ਦੀ ਖਾਲਸਾ ਡੇ ਪਰੇਡ ਲਈ ਟੋਰਾਂਟੋ ਵਾਪਸ ਆਏ ਸੀ ਪੁਰਾਣੇ ਅਤੇ ਨਵੇਂ ਦੋਸਤਾਂ ਦੇ ਨਾਲ ਜਸ਼ਨ ਮਨਾਉਂਦੇ ਹੋਏ ਵਿਸਾਖੀ ਮੁਬਾਰਕ ਇਟਵੀਟ ਕੀਤਾ ਗਿਆ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ 온ਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਵੱਲੋਂ ਹਰ ਸਾਲ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਪਰ ਖਾਲਸਾ ਡੇ ਪਰੇਡ ਆਯੋਜਿਤ ਕੀਤੀ ਜਾਂਦੀ ਹੈ ਤਾਂ ਪਿਛਲੇ ਕਰੋਨਾ ਮਹਾਮਾਰੀ ਦੇ ਕਾਰਨ 3 ਸਾਲਾਂ ਤੋਂ ਇਹ ਪਰੇਡ ਜਿਹੜੀ ਹੈ ਨਹੀਂ ਸੀ ਹੋਈ ਹਾਲਾਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਵੈਸਾਖੀ ਦੇ ਸਮਾਗਮ ਜਿਹੜੇ ਆ ਉਹ ਹਰ ਸਾਲ ਹੁੰਦੇ ਰਹੇ ਸੀ 2019 ਤੋਂ ਬਾਅਦ ਵਿਸ਼ਾਲ ਪ੍ਰੇਡ ਜਿਹੜੀ ਹੈਗੀ ਆ ਉਹ ਕੱਢੀ ਗਈ ਸੀ ਤਾਂ ਇਸ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਹੋਏ ਨੇ ਤਾਂ ਕਰੋਨਾ ਮਹਾਮਾਰੀ ਦੇ ਕਾਰਨ 3 ਸਾਲਾਂ ਬਾਅਦ ਵੈਂਕੂਵਰ ਦੇ ਵਿੱਚ ਜੋ ਵਿਸਾਖੀ ਦੀ ਪ੍ਰੇਡ ਕੱਢੀ ਗਈ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਤੇ ਸਥਾਨਕ ਲੋਕ ਜਿਹੜੇ ਹੈਗੇ ਨੇ ਇਸ ਪ੍ਰੇਡ ਦਾ ਹਿੱਸਾ ਬਣੇ ਆ ਔਰ ਇਸ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਤੇ ਇਸ ਪ੍ਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ ਜਸਟਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਜਿਹੜੇ ਆ ਉਹ ਵੀ ਸ਼ਾਮਲ ਹੁੰਦੇ ਨੇ ਤਾਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰੇ ਤੋਂ ਦੱਖਣ ਵੈਂਕੂਵਰ ਨੂੰ ਹੁੰਦੇ ਹੋਏ ਇਸ ਜੋ ਪ੍ਰੇਡ ਕੱਢੀ ਗਈ ਸੀ ਇਸ ਦੇ ਵਿੱਚ ਤਕਰੀਬਨ 25 25 ਦੇ ਕਰੀਬ ਝੰਡੇ ਵੀ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਸੀ ਤਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਸਪਰੇਡ ਨੂੰ ਸਜਾਇਆ ਗਿਆ ਸੀ ਦੀ ਵਰਖਾ ਦੇ ਨਾਲ ਹਰ ਕੈਨੇਡਾ ਦੇ ਟ੍ਰਾਂਟੋ ਦੀਆਂ ਗਲੀਆਂ ਵੈਂਕੂਵਰ ਦੀਆਂ ਗਲੀਆਂ ਜਿਹੜੀਆਂ ਉਹ ਕੇਸਰੀਏ ਰੰਗ ਦੇ ਨਾਲ ਰੰਗੀਆਂ ਗਈਆਂ ਸੀ ਔਰ ਹਰ ਪਾਸੇ ਸੜਕ ਦੇ ਉੱਪਰ ਜਿਹੜਾ ਹੈਗਾ ਖਾਲਸਾ ਜਹੋ ਜਲਾਲ ਦੇਖਣ ਨੂੰ ਮਿਲਿਆ ਸੀ ਤਾਂ ਵੱਡੀ ਕੀਰਤੀ ਦੇ ਵਿੱਚ ਕਿਉਂਕਿ 3 ਸਾਲ ਦੇ ਵਖਵੇ ਤੋਂ ਬਾਅਦ ਇਹ ਵੱਡਾ ਇੱਕ ਪ੍ਰੇਡ ਦਾ আয়োজন ਕੀਤਾ ਗਿਆ ਸੀ ਔਰ ਇਸ ਪ੍ਰੇਡ ਨੂੰ ਜਿਹੜਾ ਹੈਗਾ ਸਮਰਪਿਤ ਹਰ ਇੱਕ ਵਰਗ ਨੇ ਹਰ ਇੱਕ ਲੋਕ ਨੇ ਜਿਹੜਾ ਹੈਗਾ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਜਿਸ ਦੀ ਤਾਜ਼ਾ ਉਦਾਹਰਣ ਹੈਗੀ ਜਸਟਨ ਟ੍ਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਉਹ ਵੀ ਇਸ ਪਰੇਡ ਦੇ ਵਿੱਚ ਸ਼ਾਮਲ ਹੁੰਦੇ ਨੇ ਸਿੱਖ ਸੰਗਤ ਦੇ ਨਾਲ ਮਿਲਦੇ ਆ ਉਹਨਾਂ ਦੇ ਨਾਲ ਹੱਥ ਮਲਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਫਿਰ ਇਸ ਤੋਂ ਬਾਅਦ ਪ੍ਰੇਡ ਨੂੰ ਸੰਬੋਧਨ ਵੀ ਕਰਦੇ ਨੇ ਤਾਂ ਨਾਲ ਦੀ ਨਾਲ ਉਹਨਾਂ ਨੇ ਵਿਸਾਖੀ ਦੀਆਂ ਮੁਬਾਰਕਾਂ ਵੀ ਦਿੱਤੀਆਂ